ਤੇ ਇਸ ਨਿੱਕੇ ਜਿਹੇ ਵਕਫੇ ਤੋਂ ਬਾਅਦ ਸਵਾਗਤ ਹੈ ਜੀ ਸਾਰੇ ਦਰਸ਼ਕਾਂ ਦਾ ਔਰ ਵਿਚਾਰ ਵਟਾਂਦਰਾ ਅੱਜ ਅਸੀਂ ਕਰ ਰਹੇ ਹਾਂ ਜੀ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਉਸ ਤੋਂ ਬਾਅਦ ਜਿਹੜੇ ਐਕਸਪੋਜ਼ ਹੋਣੇ ਹੁਣ ਜਿਹੜੇ ਵੱਖ ਵੱਖ ਸੰਗਠਨ ਨੇ ਉਹ ਸ਼ੁਰੂ ਹੋ ਚੁੱਕੇ ਹਨ ਖਾਸ ਤੌਰ ਤੇ ਜਿਹੜੇ ਹਿੰਦੂ ਸੰਗਠਨ ਕਹਿੰਦੇ ਹਨ ਕਿ ਭਾਰਤ ਦੇ ਵਿੱਚ ਜੇਕਰ ਤੁਸੀਂ ਰਹੋਗੇ ਤਾਂ ਤੁਸੀਂ ਇਹ ਨਾਰਾ ਲਾਣਾ ਤੁਹਾਨੂੰ ਪਏਗਾ ਔਰ ਸਾਡੀ ਜਿਹੜੀ ਹਿਮਾਇਤ ਉਹ ਕਰਨੀ ਪਏਗੀ ਇਹ ਵੱਖ ਵੱਖ ਮੀਡੀਆ ਰਿਪੋਰਟਸ ਦੇ ਵਿੱਚ ਆ ਚੁੱਕੇ ਆ ਲੇਕਿਨ ਮੈਨੂੰ ਅੱਜ ਇੱਕ ਗੱਲ ਦਾ ਬਹੁਤ ਅਫਸੋਸ ਹੁੰਦਾ ਕਿ ਇਹ ਜਿਹੜੀ ਮੀਡੀਆ ਹਨ ਭਾਰਤੀ ਮੀਡੀਆ ਹਨ ਇਸ ਮੁਤਲਕ ਕਿਉਂ ਨਹੀਂ ਬੋਲਦੀਆਂ ਹਨ ਅੱਜ ਕਿਉਂ ਨਹੀਂ ਗੱਲ ਹੋ ਰਹੀ ਹੈ ਡਿਵੈਲਪਮੈਂਟਸ ਬਾਰੇ ਅੱਜ ਤੁਸੀਂ ਸਵੇਰੇ ਸ਼ਾਮ ਜੇਕਰ ਡਿਬੇਟ ਕਰਦੇ ਹੋ ਤਾਂ ਇਸ ਮੁਤਲਕ ਕਿਉਂ ਕਰਦੇ ਹੋ ਅੱਜ ਉਹ ਗੱਲਾਂ ਕਿਉਂ ਐਕਸਪੋਜ਼ ਹੋ ਰਹੀਆਂ ਹਨ ਜੋ ਕਿ ਕਹੀਆਂ ਜਾ ਰਹੀਆਂ ਸਨ ਕਿ 2019 ਦਾ ਹਿੰਦੂ ਏਜੰਡਾ ਜਿਹੜਾ ਸੋਚਿਆ ਹੋਇਆ ਔਰ ਜਿਹੜਾ ਇਹ ਆਈਡੀਓਲੋਜੀ ਹੈ RSS ਦੀ ਉਸ ਵੱਲ ਅੱਗੇ ਵਧ ਰਿਹਾ ਭਾਰਤ ਕੀ ਇਹ ਗੱਲਾਂ ਹਨ NRI ਕੀ ਸੋਚਦੇ ਨੇ ਤੁਸੀਂ ਕੀ ਸੋਚਦੇ ਹੋ ਮੈਨੂੰ ਪਤਾ ਤੁਸੀਂ ਅੱਜ ਇਸ ਮੁਤਲਕ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰੋਗੇ ਲੇਕਿਨ ਉਸ ਤੋਂ ਪਹਿਲਾਂ ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਜਿਹੜੇ ਸਿਆਸਤਦਾਨ ਹੈ ਉਹਨਾਂ ਨੂੰ ਵੀ ਅਸੀਂ ਫੋਨ ਲਾਈਨ 'ਤੇ ਲੈ ਲਈਏ ਭਾਰਤ ਤੋਂ ਲੇਕਿਨ ਹਜੇ ਤੱਕ ਮੈਨੂੰ ਲੱਗ ਰਿਹਾ ਉਹ ਕੁੰਭਕਰਨੀ ਨੀਂਦ ਸੋਹਰੇ ਹੋਣਗੇ ਲੇਕਿਨ ਕੋਸ਼ਿਸ਼ ਕਰਾਂਗੇ ਉਸ ਕੁੰਭਕਰਨੀ ਨੀਂਦ ਤੋਂ ਉਠਾਉਣ ਦੀ ਉਹਨਾਂ ਨੂੰ ਔਰ ਲਵਾਂਗੇ ਉਹਨਾਂ ਨੂੰ ਫੋਨ 'ਤੇ ਲੇਕਿਨ ਉਸ ਤੋਂ ਪਹਿਲਾਂ ਮੇਰੇ ਨਾਲ ਡਾਕਟਰ ਹਰਬੰਸ ਸਿੰਘ ਸਰੋਹੋ ਕੈਲੀਫੋਰਨੀਆ ਦਾ ਜੁੜ ਚੁੱਕੇ ਨੇ ਜੋ ਕਿ ਸਿੱਖ ਫਿਲੋਸਫਰ ਨੇ ਔਰ ਜੇਕਰ ਗੱਲ ਕਰੀਏ ਲਵ ਐਂਡ ਪੀਸ ਦੀ ਆਲ ਓਵਰ ਨੌਰਥ ਅਮੈਰੀਕਾ ਦੇ ਵਿੱਚ ਤਾਂ ਇਹਨਾਂ ਨੇ ਕਈ ਉਹਨਾਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਔਰ ਆਪਣੇ ਵਿਚਾਰ ਇਹਨਾਂ ਨੇ ਸਾਂਝੇ ਕੀਤੇ ਹਨ ਲਵ ਐਂਡ ਪੀਸ ਦੀ ਅਸੀਂ ਗੱਲ ਕਰਦੇ ਹਾਂ ਹਾਰਮੋਨੀ ਦੀ ਗੱਲ ਕਰਦੇ ਹਾਂ ਅਤੇ ਕੀ ਕੁਝ ਸੁਨੇਹਾ ਜਿਹੜਾ ਇਸ ਮੁਤਲਕ ਉਹ ਦੇਣਾ ਚਾਹੁੰਦੇ ਹਨ ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਹਾਂਜੀ ਸ਼ੁਕਰੀਆ ਜੀ ਮੈਂ ਤੁਹਾਡੇ ਓਪਨਿੰਗ ਕਮੈਂਟ ਜਾਣਨਾ ਚਾਹਾਂਗਾ ਕਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਭਾਰਤ ਦੀ ਇਸ ਤਸਵੀਰ ਨੂੰ ਹੋਰਿਫਿਕ ਇਟਸ ਅ ਸ਼ੇਮਫੁਲ ਥਿੰਗ ਵਿਚ ਇਜ਼ ਹੈਪਨਿੰਗ ਜੀ ਬੈਕਗ੍ਰਾਉਂਡ ਤੁਸੀਂ ਮੇਰਾ ਬਾਇਓਡਾਟਾ ਦੇਖਿਆ ਹੋਣਾ ਜੀ ਮੇਰਾ ਬੈਕਗ੍ਰਾਉਂਡ ਹੈਗਾ ਕਿ ਆਮ ਜੈਨੇਟਿਸਿਸਟ ਜੀ 1964 ਦੇ ਵਿੱਚ ਹਿੰਦੁਸਤਾਨ 'ਚ ਕਾਲ ਪੈਣ ਲੱਗਿਆ ਸੀ ਜੀ ਸ਼ੁਰੂ ਹੋ ਗਿਆ ਸੀਗਾ ਹਜ਼ਾਰਾਂ ਲੋਕ ਭੁੱਖ ਨਾਲ ਮਰ ਰਹੇ ਸੀਗੇ ਜੀ ਤੇ ਸਾਡੀ ਟੀਮ ਨੇ ਡਾਕਟਰ ਦਿਲਵਾਗ ਸਿੰਘ ਅਟਵਾਲ ਜੀ ਤੇ ਡਾਕਟਰ ਨੋਰਮਨ ਗੋਲ ਅਸੀਂ ਉਸ ਵਕਤ ਇੱਕ ਕ੍ਰਾਸ ਬ੍ਰੀਡਿੰਗ ਕਰਕੇ ਜੀ ਸਿਲੈਕਟ ਕਰਕੇ ਕਣਕ ਲੱਭੀ ਸੀ ਕਲਿਆਣ ਸੋਨਾ ਜੀ ਉਹਦੇ ਨਾਲ ਕਣਕ ਦੀ ਉਪਜ 4 ਗੁਣਾ ਵੱਧ ਗਈ ਸੀ ਜੀ ਉਸ ਕਾਲ ਤੋਂ ਫਰੋਮ ਫੈਮਨ ਟੂ ਫੀਸਟ ਡਾਕਟਰ ਸਾਹਿਬ ਆਈ ਵਿਲ ਰਿਕੁਐਸਟ ਯੂ ਪਲੀਜ਼ ਸਪੀਕ ਲਾਊਡਲੀ ਤੁਹਾਡੀ ਆਵਾਜ਼ ਕਲੀਅਰ ਨਹੀਂ ਪਹੁੰਚ ਰਹੀ ਸਾਡੇ ਕੋਲ ਹਾਂਜੀ ਮੈਂ ਗ੍ਰੀਨ ਰੈਵੋਲੂਸ਼ਨ ਦੀ ਗੱਲ ਕਰ ਰਿਹਾ ਸੀ ਜੀ ਜੇ ਅੱਜ ਉਹ ਗ੍ਰੀਨ ਰੈਵੋਲੂਸ਼ਨ ਨਾ ਹੁੰਦਾ ਪੰਜਾਬ ਤੋਂ ਜੀ ਆਪਣੇ ਸਿੱਖ ਟੀਮ ਜਿਹੜੇ ਨੇ ਉਹਨੇ ਸ਼ੁਰੂ ਕੀਤਾ ਸੀ ਅੱਜ 1/3 ਆਫ ਇੰਡੀਅਨ ਪਾਪੂਲੇਸ਼ਨ ਵੀ ਵਾਈਟ ਆਊਟ ਜੀ ਬਿਕਾਜ਼ ਦੈਟ ਵਾਸ ਫਸਟ ਕੰਟ੍ਰੀਬਿਊਸ਼ਨ ਆਮ ਨੋ ਟਾਕ ਅਬਾਊਟ ਜੀ ਉਹ ਸ਼ਾਇਦ ਭੁੱਲ ਗਏ ਹੋਣਗੇ ਜੀ ਇਹ ਲੋਕ ਜਿਹੜੇ ਤੁਰੇ ਫਿਰਦੇ ਆ ਮੈਂ ਇੱਕ ਤੁਹਾਨੂੰ ਇੰਸੀਡੈਂਟ ਦੇਣਾ ਚਾਹੁੰਦਾ ਜੀ ਇੱਥੇ ਡਾਕਟਰ ਸਾਹਿਬ ਨੇ ਮੈਂ ਉਹਨਾਂ ਦਾ ਮੈਂ ਨਾ ਪਰਮਿਸ਼ਨ ਹੀ ਲਿਆ ਨਾ ਉਹਨਾਂ ਹਿੰਦੂ ਜੈਂਟਲਮੈਨ ਹੈ ਜੀ ਪਰ ਉਹ ਸਿੱਖੀ ਸਹਿਜਤਾਰੀ ਸਿੱਖ ਵੀ ਨੇ ਉਹ ਜੀ ਉਹ ਕਹਿੰਦੇ ਇੱਕ ਵਾਰੀ ਕਾਨਫਰੰਸ ਹੋਈ ਦਿੱਲੀ ਜੀ ਉਹਨਾਂ ਨੂੰ ਆਨਰ ਕੀਤਾ ਗਿਆ ਜੀ ਉੱਥੇ ਕੁਛ ਬੰਦੇ ਬੈਠੇ ਸੀ ਜਿਹੜੇ ਬਾਬਰੀ ਮਸਜਿਦ ਕਮਿਸ਼ਨ ਦੇ ਵਿੱਚ ਸੀਗੇ ਜੀ ਉਹਨਾਂ ਨੇ ਕਿਹਾ ਵੀ ਤੁਸੀਂ ਉਹ ਜਿਹੜੀ ਕਮਿਸ਼ਨ ਸੀਗੀ ਮੈਨੂੰ ਦੱਸੋ ਉਹਦਾ ਕੀ ਬਣਿਆ ਜੀ ਕਹਿੰਦਾ ਜੀ ਅਸੀਂ ਰੱਦ ਕਰਤੀ ਜੀ ਕਿਉਂ ਕਹਿੰਦੇ ਸਾਨੂੰ ਕੋਈ ਐਵੀਡੈਂਸ ਨਹੀਂ ਮਿਲੀ ਕਿ ਉੱਥੇ ਬਾਬਰ ਰਾਮ ਹੋਇਆ ਜਾਂ ਬਾਬਰੀ ਮਸਜਿਦ ਹੋਈ ਆ ਕਿ ਨਹੀਂ ਹੋਈ ਕਹਿੰਦੇ ਜੇ ਅਸੀਂ ਇਹ ਬਾਹਰ ਆ ਗਿਆ ਜਿਹੜੇ ਭਗਵੇਂ ਕੱਪੜੇ ਪਾਈ ਫਿਰਦੇ ਆ ਨਾ ਇਹਨਾਂ ਨੇ ਫੇਰ ਰੌਲਾ ਪਾਉਣਾ ਸੀ ਉੱਥੇ ਅਸਲੀਅਤ ਇਹ ਆ ਬਾਬਰੀ ਮਸਜਿਦ ਦੇ ਕਮਿਸ਼ਨ ਦੀ ਰਿਪੋਰਟ ਖਤਮ ਅੱਛਾ ਹੁਣ ਜਿਹੜੇ ਫਿਰਦੇ ਆ ਚਾਹ ਵੇਚਣ ਵਾਲੇ ਤੇ ਹੋਰ ਇਹਨਾਂ ਦੇ ਇਹਨਾਂ ਨੇ ਲੋਕਾਂ ਨੂੰ ਇਮੋਸ਼ਨਲਾਈਜ਼ ਕਰਕੇ ਜੀ ਉਹਨਾਂ ਦੇ ਜਜ਼ਬਾਤਾਂ ਨੂੰ ਯੂਜ਼ ਕਰਕੇ ਜੀ ਪਾਵਰ ਚ ਆਏ ਆ ਜੀ 15 ਲੱਖ ਦਾ ਲਾਲਚ ਦੇਤਾ ਉਹ ਕਰਤਾ ਇਹ ਸਭ ਝੂਠੇ ਆ ਜੀ ਟੋਟਲੀ ਜੀ ਜਿੰਨੇ ਵੀ ਝੂਠ ਹੁਣ ਤੱਕ ਬੋਲੇ ਆ ਇਹਨਾਂ ਨੇ ਜੀ ਉਹ ਸਾਰੇ ਪ੍ਰੂਵ ਹੋ ਚੁੱਕੇ ਆ ਦੇਰ ਇਜ਼ ਨਥਿੰਗ ਇਨ ਇਟ ਲੋਕੀ ਹੱਸਦੇ ਆ ਬਾਹਰ ਇੱਕ ਸੀ ਜੀ ਜਿਹੜੇ ਪੋਲੀਟੀਸ਼ੀਅਨ ਦਾ ਨਾ ਤਾਲੁਕ ਹੈਗਾ ਪਰ ਇਹ ਦਿੱਤੇ ਆ ਲੋਕਾਂ ਨੂੰ ਮੈਨੀਪੁਲੇਟ ਕਰਕੇ ਜੀ ਸੋ ਦੈਟਸ ਦੀ ਪ੍ਰਾਇਮਰੀ ਕਾਜ਼ ਅੱਛਾ ਪਹਿਲਾਂ ਤਾਂ ਭੁੱਖ ਮਾਰ ਚ ਉੱਥੋਂ ਬਚੇ ਇਹ ਜੀ ਸਾਡੇ ਐਫਰਟ ਪੰਜਾਬ ਤੋਂ ਸ਼ੁਰੂ ਹੋਇਆ ਸੀ ਕਿ ਨਰਸ ਬਾਈ ਦਾ ਵੇ ਆਫ ਦਾ ਪਾਰਟ ਆਫ ਦਾ ਟੀਮ ਜੀ ਨੰਬਰ 2 1965 ਚ ਜੀ ਯੂ ਖਾਨ ਨੇ ਫੈਸਲਾ ਕਰ ਲਿਆ ਸੀ ਵੀ 7 ਸਤੰਬਰ 1965 ਨੂੰ ਇਹਨਾਂ ਨੇ ਮੂਵਮੈਂਟ ਸ਼ੁਰੂ ਕਰਨੀ ਆ ਉੱਥੋਂ ਜਾ ਕੇ 8 ਨੂੰ ਇਹਨਾਂ ਨੇ ਪੰਜਾਬ ਚ ਪਹੁੰਚ ਕੇ 9 ਨੂੰ ਦਿੱਲੀ ਫਤਿਹ ਕਰਨੀ ਜੀ ਮੇਰੇ ਮਾਮਾ ਜੀ ਜਨਰਲ ਹਰਬਖਸ਼ ਸਿੰਘ ਜੀ ਉਹ ਕਹਿੰਦੇ ਇਹਨੂੰ ਤਾਂ ਇੱਕ ਪੈਰ ਨਹੀਂ ਪੜ ਦੇਣਾ ਜੀ ਇਹ ਕੁਛ ਨਹੀਂ ਕਰ ਸਕਦਾ ਪਰ ਮੈਨੂੰ ਪਰਮਿਸ਼ਨ ਚਾਹੀਦੀ ਆ ਸ਼ਾਸਤਰੀ ਜੀ ਨੂੰ ਉਹਨਾਂ ਨੇ ਕਿਹਾ ਮੇਰੇ ਕੋਲ ਪਾਵਰ ਹੈਗੀ ਹੈ ਮੈਂ ਲਾਹੌਰ ਜਿੱਤ ਜਾਣਾ ਜੀ
ਮੈਨੂੰ ਪਰਮਿਸ਼ਨ ਦਿਓ। ਉਹ ਲਾਲਾ ਜੀ ਵਿਚਾਰੇ ਸਾਊ ਬੰਦੇ ਸੀ, ਤੇ ਉਧਰੋਂ ਜੇ ਐਨ ਚੌਧਰੀ ਜਨਰਲ ਸੀਗਾ। ਡਾਕਟਰ ਸਾਹਿਬ, ਜੇਕਰ ਹੁਣ ਪ੍ਰੈਜ਼ੈਂਟ ਸਿਨੈਰੀਓ ਦੀ ਗੱਲ ਕਰੀਏ, ਤੁਹਾਨੂੰ ਕੀ ਲੱਗਦਾ ਕਿਸ ਦਿਸ਼ਾ ਵੱਲ ਤੁਰ ਰਿਹਾ ਭਾਰਤ? ਮੈਂ ਬੈਕਗ੍ਰਾਉਂਡ ਦੱਸ ਰਿਹਾ ਜੀ ਜੀ, ਸਰਵਾਈਵ ਕਰ ਰਹੇ ਨੇ ਬਿਕਾਜ਼ ਆਫ ਦਿ ਸਿੱਖ ਜੀ। ਉਹਦੇ 'ਚ ਤਾਂ ਕੋਈ ਦੁਰਾਈ ਨਹੀਂ ਹੈਗਾ ਕਿ ਜਿਹੜਾ, ਕਿਉਂਕਿ ਮੈਂ 1965 ਦੀ ਗੱਲ ਕਰ ਲਵਾਂ, 1971 ਦੀ ਗੱਲ ਕਰ ਲਵਾਂ, 1999 ਦੀ ਗੱਲ ਕਰ ਲਵਾਂ, ਕਾਰਗਿਲ ਦੀ ਗੱਲ ਕਰ ਲਵਾਂ, ਜੇਕਰ ਸਿੱਖ ਰੈਜੀਮੈਂਟ ਨੇ ਆਪਣੀ ਜਿਹੜੀ ਜਿਸ ਤਰੀਕੇ ਨਾਲ ਆਪਣਾ ਯੋਗਦਾਨ ਪਾਇਆ, ਜਿਹੜੀ ਅਹਿਮ ਭੂਮਿਕਾ ਨਿਭਾਈ ਹੈ ਇਹਨਾਂ ਵਾਰਾਂ ਦੇ ਵਿੱਚ, ਮੈਨੂੰ ਲੱਗਦਾ ਜਿੱਤ ਦੇ, ਅਗਰ ਜਿੱਤ ਮਿਲੀ ਹੈ ਤਾਂ ਇਸ ਕਰਕੇ ਮਿਲੀ ਹੈ। ਇਹ ਸਿਰਫ ਇਹ ਵਾਰ ਨਹੀਂ ਹੈਗੀਆਂ, ਅਗਰ ਮੈਂ ਪਿਛਲੇ ਹੋਰ ਵੀ ਹਿਸਟਰੀ 'ਤੇ ਚਲੇ ਜਾਵਾਂ ਤਾਂ, ਅਗਰ ਆਜ਼ਾਦ ਹੋਇਆ ਭਾਰਤ ਬਣਿਆ, ਜਾਂ ਫਿਰ ਜੇਕਰ ਮੈਂ ਇਹਨਾਂ ਗੁਆਂਢੀ ਮੁਲਕਾਂ ਦੀ ਵੀ ਗੱਲ ਕਰ ਲਵਾਂ, ਅਗਰ ਪੈਰਾ ਦਿੱਤਾ ਤਾਂ ਕੌਮ ਨਹੀਂ ਦਿੱਤਾ, ਲੇਕਿਨ ਅੱਜ ਉਹੀ ਕੌਮ ਜਿਹਨੇ ਪੈਰਾ ਦਿੱਤਾ, ਅੱਜ ਉਹੀ ਕੌਮ ਜਿਹਨਾਂ ਨੇ ਆਪਣੇ ਸਰ ਨਿਛਾਵਰ ਕੀਤਾ, ਅੱਜ ਉਹੀ ਕੌਮ ਜਿਹਨਾਂ ਨੇ ਆਪਣੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਅੱਜ ਉਹੀ ਮਹਿਫੂਜ਼ ਨਹੀਂ ਆਪਣੇ ਆਪ ਨੂੰ ਮਨ ਪਾ ਰਹੀ ਉੱਤੇ। ਮੈਨੂੰ ਲੱਗਦਾ ਕਿ ਜਿਹੜੇ ਸਾਡੇ ਪੈਰੋਕਾਰ ਨੇ, ਜਿਹੜੇ ਸਾਡੇ ਵੱਖ ਵੱਖ ਜਮਾਤਾਂ ਦੇ ਆਪਣੇ ਆਪ ਨੂੰ ਕਹਾਉਂਦੇ ਹਨ ਕਿ ਅਸੀਂ ਅਹੁਦੇਦਾਰ ਹਾਂ, ਅੱਜ ਜਿਹੜੀ ਹਿਮਾਇਤ ਕਰਦੇ ਹਨ ਸਿੱਖ ਮਸਲਿਆਂ ਦੀ ਗੱਲ ਆਉਂਦੀ ਹੈ, ਤਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਮਰ ਜਾਵਾਂਗੇ, ਮਿਟ ਜਾਵਾਂਗੇ, ਸਿੱਖ ਕੌਮ ਦੇ ਅਸੀਂ ਗੱਲਾਂ ਨੂੰ ਵੱਧ ਚੜ੍ਹ ਕੇ ਰੱਖਾਂਗੇ, ਅੱਜ ਉਹ ਕਿੱਥੇ ਨੇ, ਉਹ ਕਿੱਥੇ ਨਜ਼ਰ ਨਹੀਂ ਆ ਰਹੇ ਮੈਨੂੰ ਲੱਗਦਾ ਡਾਕਟਰ ਸਾਹਿਬ? ਉਹ ਸੁੱਤੇ ਪਏ ਆ ਜੀ ਜੀ, ਨੰਬਰ 'ਚ ਕਹਿੰਦੇ ਜੇ ਸੁੱਤਾ ਹੋਵੇ ਨਾ ਜੀ, ਉਹੀ ਤਾਂ ਗੱਲ ਹੈ ਨਾ ਜੀ, ਕੰਮ ਕਰਨੀ ਨੀਂਦ ਸੁੱਤੇ ਪਏ ਨੇ। ਵਾਅਦਾ ਕੀਤਾ ਸੀਗਾ ਅਸੀਂ ਫੋਨ 'ਤੇ ਆਵਾਂਗੇ, ਇਸ ਮੁਤਾਲਕ ਆਪਣੇ ਵਿਚਾਰ ਸਾਂਝੇ ਕਰਾਵਾਂਗੇ, ਲੇਕਿਨ ਹੁਣ ਮੈਨੂੰ ਲੱਗਦਾ ਕਿ ਕੁੰਭਕਰਨੀ ਨੀਂਦ ਵੀ ਸੋ ਰਹੇ ਨੇ, ਔਰ ਬਿਲਕੁਲ ਵੀ ਉਹਨਾਂ ਨੂੰ ਪਰਵਾਹ ਨਹੀਂ ਹੈਗੀ ਕਿ ਜੋ ਹੋ ਰਿਹਾ ਹੋਣ ਦੋ, ਸਾਨੂੰ ਤਾਂ ਨੀਂਦ ਪਿਆਰੀ ਹੈ, ਸਾਨੂੰ ਮੁਲਕ ਪਿਆਰਾ ਨਹੀਂ, ਸਾਨੂੰ ਭਾਈਚਾਰਾ ਪਿਆਰਾ ਨਹੀਂ। ਜਿਹੜਾ ਸੁੱਤਾ ਪਿਆ ਹੈ ਉਹਨੂੰ ਫਲੂਣਾ ਦੇ ਕੇ ਜਾਇਆ ਜਾ ਸਕਦਾ ਜੀ ਜੀ, ਜਿਹੜੇ ਮਚਲੇ ਹੋ ਕੇ ਪਏ ਉਹਨਾਂ ਨੂੰ ਕਿਸ ਤਰ੍ਹਾਂ ਜਗਾਉਂ, ਤਾਂ ਪਹਿਲਾਂ ਹੀ ਜਾਗਦੇ ਆ ਜੀ, ਜ਼ਮੀਰ ਮੁਰਦਾ ਵਾ ਜੀ। ਮੈਨੂੰ ਬਾਬਾ ਖੜਕ ਸਿੰਘ ਦੀ ਯਾਦ ਆ ਗਈ ਜੀ, ਉਹ ਕਹਿੰਦੇ ਜਦੋਂ ਉਹਨਾਂ ਨੇ ਮੋਰਚਾ ਜਿੱਤਿਆ ਨਾ, ਜਿਹਨੇ ਗਾਂਧੀ ਨੇ ਟੈਲੀਗ੍ਰਾਮ ਦੀ ਸੀ ਫਸਟ ਬੈਟਲ ਆਫ ਇੰਡੀਪੈਂਡੈਂਸ ਵਨ ਜੀ, ਬਾਬਾ ਖੜਕ ਸਿੰਘ ਨੂੰ ਯਾਦ ਹੋਣਾ ਹਿਸਟਰੀ ਦੇ ਵਿੱਚ ਜੀ, ਤੇ ਉਹ ਕਹਿੰਦੇ ਜਿਸ ਵਕਤ ਮੈਂ ਪਿੱਠ ਦੇ ਕੇ ਗਿਆ ਨਾ ਜੀ, ਤੇ ਉਸ ਵਕਤ ਮੇਰਾ ਸੰਸਕਾਰ ਨਾ ਕਰਿਓ ਸਿੱਖ ਰਵਾਇਤਾਂ ਦੇ ਮੁਤਾਬਕ ਜੀ, ਕਿਉਂਕਿ ਮੈਂ ਆਪਦੇ ਗੁਰੂ ਨੂੰ ਪਿੱਠ ਕਰ ਰਿਹਾ ਜੀ। ਫਸਟ ਬੈਟਲ ਆਫ ਇੰਡੀਪੈਂਡੈਂਸ ਵਾਸ ਵਨ ਬਾਈ ਜੀ ਬਾਬਾ ਖੜਕ ਸਿੰਘ ਜੀ। ਮੈਂ ਹੁਣ ਉਹਨਾਂ ਦੇ ਬਖਸ਼ੇ ਤਾਂ ਦੇ ਰਿਹਾ ਕਿ ਕਹਿੰਦਾ ਜੇ ਚੌਧਰੀ ਕਹਿੰਦਾ ਤੁਸੀਂ ਬਿਆਸ ਨੂੰ ਤੱਕ ਰੀਟਰੀਟ ਕਰ ਲਓ ਜੀ, ਉਹ ਮਾਮਾ ਜੀ ਕਹਿੰਦੇ ਸਵਾਲ ਹੀ ਪੈਦਾ ਨਹੀਂ ਹੁੰਦਾ ਉੱਥੇ, ਸਾਡੇ ਹੈਡਕੁਆਟਰ ਪਹਿਲਾਂ ਸੀ ਨਨਕਾਣਾ ਸਾਹਿਬ ਸ਼ੁਰੂ ਕਰਕੇ, ਹੁਣ ਹਰਿਮੰਦਰ ਸਾਹਿਬ ਲੂਜ਼ ਨਹੀਂ ਕਰ ਸਕਦੇ, ਆਮ ਗੋ ਟੂ ਫਾਈਟ, ਤੁਸੀਂ ਮੈਨੂੰ ਫਾਇਰ ਕਰ ਦਿਓ, ਕੁਛ ਕਰ ਦਿਓ, ਅਸੀਂ ਇਹਨਾਂ ਨੂੰ ਅੰਮ੍ਰਿਤਸਰ ਨਹੀਂ ਪਹੁੰਚਣ ਦੇਣਾ। ਵਾਕਈ ਉਹਨਾਂ ਨੇ ਕਰ ਦਿਖਾਇਆ, ਇਹ ਅੱਜ ਉਹ ਆਜ਼ਾਦੀ ਆ ਉਹਦੇ ਕਰਕੇ ਬੈਠੇ ਆ। ਜਿਹੜੇ ਭਗਵੇਂ ਕੱਪੜੇ ਪਾਈ ਫਿਰਦੇ ਆ ਨਾ, ਇੱਕ ਵਾਰੀ ਮੈਨੂੰ ਯਾਦ ਸੀ ਵੀਡੀਓ ਦੇਖੀ ਹੋਣੀ ਆ, ਲੁਧਿਆਣੇ ਇਹ ਆਏ ਭਗਵੇਂ ਕੱਪੜੇ ਵਾਲੇ, ਕਹਿੰਦੇ ਅਸੀਂ ਆਪਣੇ ਖਾਲਸਾ ਜੀ ਦਾ ਬੁੱਤ ਸਾੜਨਾ, ਉਧਰੋਂ ਪੁਲਿਸ ਉਹਨਾਂ ਨੂੰ ਡਿਫੈਂਡ ਕਰ ਰਹੀ ਸੀ, ਇਹ ਖਾਲਸੇ ਨੂੰ ਆਇਆ ਜੋ ਬਿਲਕੁਲ ਸ਼ਰੇਆਮ ਵਿਖ ਰਿਹਾ ਕਿ ਪੁਲਿਸ ਹੁਣ ਬਹੁਗਿਣਤੀਆਂ ਦੇ ਬਿਲਕੁਲ ਪਾਲੇ ਦੇ ਵਿੱਚ ਉਹਨਾਂ ਨੂੰ ਗੇਂਦ ਨੂੰ ਸੁੱਟੀ ਹੋਈ ਹੈ, ਔਰ ਗੇਂਦ ਨਹੀਂ ਉਠਾਉਣਾ ਚਾਹੁੰਦੇ, ਹੱਥ ਬੰਨੇ ਹੋਏ ਨੇ ਉਹਨਾਂ ਦੇ, ਉਹਨਾਂ ਨੂੰ ਪਤਾ ਕਿ ਜੇਕਰ ਅਸੀਂ ਬਹੁਗਿਣਤੀਆਂ ਨੂੰ ਛੇੜਤਾ ਤਾਂ ਸਾਡੇ ਉੱਤੇ ਹਾਵੀ ਹੋ ਜਾਣਗੇ, ਕਿਉਂਕਿ ਹੁਣ ਸਰਕਾਰ ਮੈਨੂੰ ਲੱਗਦਾ ਬਹੁਗਿਣਤੀ ਚਲਾ ਰਹੇ ਹਨ, ਘੱਟ ਗਿਣਤੀਆਂ ਦੀ ਕੋਈ ਗੱਲ ਨਹੀਂ ਸੁਣ ਰਿਹਾ, ਕਿਉਂਕਿ ਇਹ ਜਿਹੜੀ ਗੱਲਾਂ ਨੇ ਸਾਹਮਣੇ ਆ ਰਹੀਆਂ ਹਨ ਮੀਡੀਆ ਰਿਪੋਰਟਸ ਦੇ ਵਿੱਚ ਵੀ, ਔਰ ਉੱਥੇ ਜਿਹੜੇ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝ ਪਾ ਰਹੇ ਉਹਨਾਂ ਦੀ ਤਰਫੋਂ ਵੀ ਇਹ ਪ੍ਰਤੀਕਿਰਿਆ ਰੋਜ਼ਾਨਾ ਸਾਹਮਣੇ ਆ ਰਹੀ ਹੈ। ਬਿਲਕੁਲ ਠੀਕ ਆ, ਪਰ ਇਹ ਤੋਂ ਮੈਂ ਕਹਾਣੀ ਦੱਸ ਰਿਹਾ, 400 ਬੰਦਾ ਆਇਆ ਰੂਪਣ ਜੀ ਬੁੱਤ ਨੂੰ, ਤੇ ਇੱਕ ਖਾਲਸੇ ਨੂੰ ਆ ਗਿਆ ਜੋਸ਼, ਕੱਢ ਕੇ ਸ੍ਰੀ ਸਾਹਿਬ ਨੰਗੀ ਬੋਲੇ ਸੋ ਨਿਹਾਲ ਕਰਕੇ ਉਹ 400 ਉਹਨਾਂ ਨੂੰ ਵਕਤ ਨੇ ਉਦੋਂ ਰਾਹ ਨਹੀਂ ਲੱਭਿਆ ਜੀ, ਤਿੱਤਰ ਬਿੱਤਰ ਹੋ ਗਏ, ਇਹਨਾਂ 'ਚ ਜਾਨ ਨਹੀਂ ਹੈ ਲੋਕਾਂ 'ਚ, ਇਹ ਬੁੱਧਦਲ ਲੋਕ ਨੇ ਜੀ, ਇਹਨਾਂ ਨੂੰ ਫੇਸ ਕਰਨਾ ਪੈਣਾ। ਮੈਂ ਬੇਨਤੀ ਕਰਦਾ ਜੋ ਵੀ ਸਿੱਖ ਹੈ ਤਿਆਰ ਬਰ ਤਿਆਰ ਰਹਿਣ, ਤੇ ਇਹਨਾਂ 'ਚ ਛਿਪਣ ਦੀ ਲੋੜ ਨਹੀਂ, ਸਾਡੇ ਕੋਲੇ ਚੜ੍ਹਦੀ ਕਲਾ ਹੈਗੀ ਆ। ਬਿਲਕੁਲ ਬਿਲਕੁਲ ਬਿਲਕੁਲ, ਸੋ ਇਸ ਕਰਕੇ ਇਹ ਜਿਹੜੇ ਕਰ ਰਹੇ ਨੇ ਨਾ, ਇਹ ਭਰਨਗੇ ਵੀ, ਤੁਹਾਨੂੰ ਪਤਾ ਹੋਣਾ ਕਿ ਆ ਪਿਛਲੇ ਇਲੈਕਸ਼ਨਾਂ 'ਚ ਲੂਜ਼ ਕਰ ਰਹੇ ਨੇ ਜੀ, ਕਿਉਂ ਲੋਕਾਂ ਨੂੰ ਪਤਾ ਲੱਗ ਗਿਆ ਜੀ, ਤਸਵੀਰ ਇਹਨਾਂ ਨੇ, ਇਹਨਾਂ ਦਾ ਆਪਦੇ ਇੱਕ ਕਰਮ ਨੇ ਜਿਹੜੇ ਅੱਗੇ ਆ ਜਾਣੇ ਆ ਜੀ, ਇਹਨਾਂ ਨੇ ਹਾਰ ਜਾਣਾ, ਇਹਨਾਂ ਨੇ ਫੇਰ ਇਹਨੂੰ ਭਜਨ ਵਾਣ ਲੱਭਣੀ। ਚਲੋ, ਸੋ ਸਾਨੂੰ ਪਿਆਰ ਵਰਤ ਕਰ ਰਹਿਣਾ ਚਾਹੀਦਾ, ਖਾਲਸੇ ਦਾ ਧਰਮ ਹੈ ਹਾਂਜੀ, ਠੀਕ ਹੈ ਜੀ, ਚੜ੍ਹਦੀ ਕਲਾ 'ਚ ਰਹਿਣਾ, ਤੇ ਵਿਚਾਰਧਾਰਾ ਹੁਣ ਦਿਨ ਬਰ ਦਿਨ ਐਕਸਪੋਜ਼ ਹੋ ਰਹੀ ਹੈ, ਔਰ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। 3% ਨੇ ਜੀ ਉਹ ਜੀ 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 ਜੀ, ਬਾਕੀ ਜੇ ਤੁਸੀਂ ਮਾਰਾਰਟੀਜ਼ ਨੂੰ SC ਨੂੰ ਸਾਰੇ ਨੂੰ ਇਕੱਠੇ ਕਰ ਲਓ, 85% ਹੋ ਜਾਂਦਾ ਜੀ, ਪਰ ਇਕੱਠੇ ਕੌਣ ਕਰੇ ਜੀ, ਦੈਟਸ ਦੀ ਪ੍ਰੋਬਲਮ। ਚਲੋ।
ਚਲੋ ਹੋਪਫੁਲੀ ਵਾਹਿਗੁਰੂ ਭਲੀ ਕਰੇ ਚੜ੍ਹਦੀ ਕਲਾ ਬਖਸ਼ੇ। ਧੰਨਵਾਦ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਕੋਸ਼ਿਸ਼ ਅਸੀਂ ਵੀ ਕਰ ਰਹੇ ਹਾਂ, ਸਾਡੀ ਟੀਮ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਸਿਆਸਤਦਾਰਾਂ ਨੂੰ ਜੋੜਿਆ ਜਾਏ ਫੋਨ ਲਾਈਨ ਦੇ ਉੱਤੇ, ਲੇਕਿਨ ਨੀਂਦ ਉਹਨਾਂ ਨੂੰ ਲੱਗਦਾ ਹਜੇ ਬਹੁਤ ਪਿਆਰੀ ਹੈ, ਨੀਂਦ ਤੋਂ ਉੱਠੇ ਨਹੀਂ ਹੈਗੇ, ਕਿਉਂਕਿ ਇਸ ਟਾਈਮ ਜਿਹੜਾ ਸਮਾਂ ਭਾਰਤ ਦੇ ਵਿੱਚ ਚੱਲ ਰਿਹਾ ਉਹ ਸਵੇਰ ਦਾ ਸਮੇਂ ਹੈਗਾ। ਕੁੰਭਕਰਨੀ ਨੀਂਦ ਦੇ ਸਿਆਸਤਦਾਨ ਅੱਜ ਤੋਂ ਨਹੀਂ, ਪਿਛਲੇ ਕਈ ਦਹਾਕਿਆਂ ਤੋਂ ਸੋਏ ਹੋਏ ਨੇ, ਲੇਕਿਨ ਕੋਸ਼ਿਸ਼ ਜਸ ਬ੍ਰੋਡਕਾਸਟਿੰਗ, ਸਾਡੀ ਜਸ ਬ੍ਰੋਡਕਾਸਟਿੰਗ ਟੀਮ ਦੀ ਮਾਫੀ ਚਾਹਾਂਗਾ, ਜਸ ਬ੍ਰੋਡਕਾਸਟਿੰਗ ਟੀਮ ਦੀ ਲਗਾਤਾਰ ਇਹ ਕੋਸ਼ਿਸ਼ ਰਹਿੰਦੀ ਹੈ ਕਿ ਉਹਨਾਂ ਨੂੰ ਉਠਾਇਆ ਜਾਏ ਇਸ ਨੀਂਦ ਤੋਂ ਔਰ ਸਾਹਮਣੇ ਲੈ ਕੇ ਆਇਆ ਜਾਏ, ਔਰ ਮੁੱਦੇ ਦੇ ਵਿੱਚ ਅਸੀਂ ਉਹਨਾਂ ਨੂੰ ਲੈ ਕੇ ਆਉਂਦੇ ਹਾਂ ਔਰ ਕਹਿੰਦੇ ਹਾਂ ਆਓ ਦੋ ਜਵਾਬ, ਔਰ ਦੇਣਗੇ ਜਵਾਬ, ਕੋਸ਼ਿਸ਼ ਵੀ ਕਰ ਰਹੇ ਹਾਂ ਅਸੀਂ ਇਸ ਬ੍ਰੇਕ ਤੋਂ ਉਸ ਪਾਰ।